ਬੇਅਦਬੀ ਤੇ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਨਵਾਂ ਰੁੱਖ ਅਖਤਿਆਰ ਕਰ ਲਿਆ। ਖਹਿਰਾ ਨੇ ਬੇਅਦਬੀ ਵਾਲੇ ਘਟਨਾ ਸਥਾਨ ਬੁਰਜ ਜਵਾਹਰ ਸਿੰਘ ਵਾਲਾ 'ਚ ਪਹੁੰਚ ਕੇ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਵਾਏ ਅਤੇ ਖੁਦ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਐਲਾਨ ਕੀਤਾ। ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ 'ਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੰਜਾਬੀ ਏਕਤਾ ਪਾਰਟੀ ਵੱਲੋਂ ਇਨਸਾਫ ਦਿਵਾਇਆ ਜਾਵੇਗਾ, ਚਾਹੇ ਉਹਨਾਂ ਨੂੰ ਅਦਾਲਤ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਵੇ। ਅੱਜ ਅਸੀਂ ਕੀ ਫੈਸਲਾ ਲਿਆ ਵਾ ਕਿ ਇਹਨਾਂ ਦੀ ਲੜਾਈ ਹੁਣ ਅਸੀਂ ਲੜਾਂਗੇ, ਚਾਹੇ ਸਾਨੂੰ ਸਭ ਤੋਂ ਪਹਿਲਾਂ SIT ਕੋ ਜਾਵਾਂਗੇ, ਇਸੇ SIT ਕੋ, ਕਿਉਂਕਿ ਇਹਨਾਂ ਨੇ ਹੀ ਇਹ ਸਾਰਾ ਇਲੈਜਿਟਮੇਟ ਤਰੀਕੇ ਅਪਣਾਏ ਨੇ। ਨਹੀਂ ਕਰਨਗੇ ਤਾਂ ਜਿਹੜੇ ਹੋਰ ਫੋਰਮਸ ਨੇ ਲੀਗਲ, ਚਾਹੇ ਉਹ SC ਕਮਿਸ਼ਨ ਆ, ਚਾਹੇ ਹਿਊਮਨ ਰਾਈਟਸ ਕਮਿਸ਼ਨ ਆ, ਚਾਹੇ ਹਾਈ ਕੋਰਟ ਆ, ਚਾਹੇ ਸੁਪਰੀਮ ਕੋਰਟ ਤੱਕ ਸਾਨੂੰ ਜਾਣਾ ਪਵੇ। ਇਹ ਲੜਾਈ ਅੱਜ ਤੋਂ ਇਸ ਦਾ ਆਗਾਜ਼ ਹੋ ਗਿਆ ਵਾ। ਮੈਂ ਲੋਕਾਂ ਨੂੰ ਅਪੀਲ ਕਰੂੰਗਾ, ਇਹ ਲੜਾਈ ਇਸ ਲਈ ਲੜੀ ਜਾ ਰਹੀ ਆ ਤਾਂ ਕਿ ਮੁੜ ਕੇ ਕਿਸੇ ਹੋਰ ਬਛਿੰਦੇ, ਕਿਸੇ ਧੀ ਭੈਣ ਨਾਲ, ਕਿਸੇ ਨੌਜਵਾਨ ਦੇ ਨਾਲ ਉਹਦੇ ਚੱਡੇ ਨਾ ਪਾੜੇ ਜਾਣ, ਉਹਨਾਂ ਨੂੰ ਕੁੱਟਮਾਰ ਨਾ ਕੀਤੀ ਜਾਵੇ, ਤਾਂ ਕਿ ਸਬਕ ਸਿਖਾਇਆ ਜਾ ਸਕੇ ਆਉਣ ਵਾਲੇ ਜਿਹੜਾ ਲੋਕਾਂ ਨੇ ਇਹ ਜ਼ੁਲਮ ਕੀਤਾ। ਬੁਰਜ ਜਵਾਹਰ ਸਿੰਘ ਵਾਲਾ ਦੇ ਵਾਸੀਆਂ ਨੇ ਵੀ ਆਪਣੇ ਨਾਲ ਹੋਈ ਹੱਡਬੀਤੀ ਸੁਖਪਾਲ ਖਹਿਰਾ ਸਾਹਮਣੇ ਰੱਖੀ ਅਤੇ ਜਸਟਿਸ ਜੋਰਾ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਦਾ ਵਿਰੋਧ ਕੀਤਾ। ਮੈਨੂੰ ਖੁਦ ਪੁਲਿਸ ਨੇ ਬੱਤੀਆਂ ਵਾਲੇ ਚੌਂਕ 'ਚੋਂ ਅਗਵਾ ਕਰਕੇ CI ਸਟਾਫ ਫਿਰੋਜ਼ਪੁਰ ਲਿਜਾ ਕੇ ਟੋਰਚਰ ਕੀਤਾ ਅਤੇ ਸਾਰੇ ਹੋਰ ਵੀ ਪਿੰਡ ਦੇ ਜਿਹੜੇ 15 ਤੋਂ 20 ਨੌਜਵਾਨਾਂ ਨੂੰ ਜਿੱਥੇ ਕੋਈ ਉਹਨਾਂ ਨੂੰ ਕੋਈ ਡਾਊਟ ਸੀਗਾ, ਸ਼ੱਕ ਸੀਗਾ ਜਾਂ ਕੋਈ ਇੱਕ ਦੂਜੇ ਦੇ ਕਹਿਣ 'ਤੇ, ਸਾਰਿਆਂ ਨੂੰ ਲਿਜਾ ਕੇ ਵਾਰੋ ਵਾਰੀ ਟੋਰਚਰ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਸੀ ਉਹ ਸਾਡੇ ਲਈ ਬਹੁਤ ਵੱਡੀ ਘਟਨਾ ਸੀਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਜੀ, ਅਸੀਂ ਧਰਨੇ 'ਚ ਵੀ ਅੱਗੇ ਜਾਂਦੇ ਸੀਗੇ, ਮਤਲਬ ਅਸੀਂ ਵਿਰੋਧ ਕਰਦੇ ਸੀ ਵੀ ਬੇਅਬਦੀ ਦੇ ਅਸਲੀ ਚੋਰ ਫੜੇ ਜਾਣ। ਇਹਨਾਂ ਨੇ ਉਹਨਾਂ ਸਿੱਖਾਂ ਨੂੰ ਹੀ ਬੇਅਬਦੀ ਦੇ ਚੱਕਰ ਦੇ ਵਿੱਚ ਟੋਰਚਰ ਕੀਤਾ, ਉਹਨਾਂ ਦੇ ਘਰ ਬਰਬਾਦ ਕੀਤੇ, ਪੁਲਿਸ ਨੇ ਫੀਤੀਆਂ ਲਵਾਉਣ ਮਾਰਿਆ ਨੇ, ਸਾਨੂੰ ਬੁਰੀ ਤਰ੍ਹਾਂ ਮਤਲਬ ਖੱਜਲ ਖਵਾਰ ਕੀਤਾ ਸਾਰੇ ਸਿੱਖਾਂ ਨੂੰ, ਗੁਰਸਿੱਖਾਂ ਨੂੰ ਕੀਤਾ ਜੀ, ਹੋਰ ਕਿਸੇ ਨੂੰ, ਮੋਨੇ ਨੂੰ, ਨਾ ਕਿਸੇ ਹਿੰਦੂ ਨੂੰ ਕੀਤਾ, ਨਾ ਕਿਸੇ ਹੋਰ ਨੂੰ ਕੀਤਾ ਜੀ। ਦੱਸ ਦਈਏ ਕਿ ਜਸਟਿਸ ਜੋਰਾ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਅਕਾਲੀ ਸਰਕਾਰ ਦੀ ਦਖਲ ਅੰਦਾਜ਼ੀ ਕਾਰਨ ਕੁਝ ਲੋਕਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਅਤੇ ਕੁਝ ਪਿੰਡ ਵਾਸੀਆਂ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੇ ਨਾਲ ਦੈਨਿਕ ਸਵੇਰਾ TV।